गुड मॉर्निंग मूवी में गए रनिंग दे दा जाइए सुबह दे सत्त टाइम है बादल बने हैं अमन शांति हो गई है इस टाइम वेख लो वाक कर रहे हैं अरे असी लेट हो गए वाम चली गई हुई है करके तो असी अगर लेट हो गए असी क्यों नाइट नू काम तो ही लेट ही छुट्टी की थी 11 बजे घर आए हैं ते हूँ इस टाइम नाल असी लेट हो गए अज हूँ वैसे जड़े नहीं है लोग 5 बजे ना वाक करके टुर गए अरे सड़क ही बड़ी खूबसूरत बनाई हुई है रमी चालीस मिनट हो गए वाक दी तो ज्यादा मेन ऑटो सतराद है साढ़े चाचे हरी है सू बड़ी इन्हें ट्रेनिंग करवाते रहे जाओ यह चेहरी का दरख्त है जो तूफान आया उसकी देख लो उतर गया है यह तोरिया का खेत है तोरिया ज्यादा थेटली गई बड़ी जी तोरी खाती जाती है तो कल साढ़े घर पक्की है तो मुंडा कहना मैं तोरी लड़ गई तो वो हॉस्पिटल टुर गया थी उन्होंने हो रहे कहना मैं तोरिया या सब्जी कोई भी खाव तो मेरे बस दिन इंज ही होंगे बस मैं दुनिया तो जा ना ला भाएं गोभी हो भाएं तोरिया होवन तो भाएं उस बाद वाइट चने होवन तो भाएं ब्लैक चने उन्होंने सिर्फ पता नहीं की पसंद है मैनू नहीं समझ आ रही है अपने अंश साहब अना फिर एक बार इन्होंने कहा मैं रनिंग ला के बहा देनी है तो एक बार फिर है कहते मेरा वेट पेट बहुत ज़्यादा निकल आया तो एक बार फिर जंग इन्ना शुरू कर छड़ी है मेरे नाल हूँ देखने किन्ने दिन इन्ना लाते चलो पता चल जाता है तो पहले दिन ही तो नहीं रनिंग शुरू कर वाक ही सेहत थानू भी कहे वाक शक करो वाक के नाल ही सेहत इंशाला शुरू कर ली तो वाह मार रही बैक साइड ते साडी ज्यादा थोड़ा हल्का चल रहे हैं लेकिन कल हौली हौली असी तेज होवांगे लेकिन जो पिछले साल असी लाने सा ते असी दौड़दे जाने हां लेकिन हुण असी साडा पहला दिन है अज ते अज असी थोड़ा हल्का जा रहे हैं ते माइयां जेड़ियां नी देख के सानू बड़ियां आसदियां हां ओ बड़ा कुछ ओ कहंदियां अड्डी है उम्र दे लोग ਸੁੱਤੇ ਨਹੀਂ ਉੱਠਦੇ ਤੇ ਇਹਨਾਂ ਨੂੰ ਕਿਹੜਾ ਇਹ ਵਾਕ ਤੇ ਆ ਗਏ ਵਾਕ ਉਹ ਇਹਨਾਂ ਦੀ ਜਿਹੜੀ ਨਹੀਂ ਇਹ ਛੋਟੀ ਜਿਹੜੀ 20-22-23-24 ਸਾਲ ਦੀ ਉਮਰ ਦੇ ਉਹ ਜਿੰਮੀ ਜ਼ਿਆਦਾਤਰ ਲਾਉਂਦੇ ਤੇ ਅਸੀਂ ਇਹ ਜਿਹੜੀ ਵਾਕ ਕਰਨੀ ਸ਼ੁਰੂ ਕਰ ਛੜੀ ਹੋਈ ਹੈ ਮੈਂ ਕਿਹਾ ਰਨਿੰਗ ਕਰੀਏ ਨਾਲ ਗ੍ਰੀਨ ਜਿਹੜਾ ਨਹੀਂ ਸਬਜ਼ੇ ਤੋਂ ਇੰਜ ਮੈਨੂੰ ਲਵ ਅਤੇ ਮੇਰਾ ਦਿਲ ਹੁੰਦਾ ਮੈਂ ਮੋਰਨਿੰਗ ਟਾਈਮ ਤੇਰਾ ਵਾਕ ਸ਼ਾਕ ਲਾਜ਼ਮੀ ਕਰਾਂ ਅਤੇ ਨਾਈਟ ਨੂੰ ਹੀ ਕੀਤੀ ਹੈ ਨਾਈਟ ਨੂੰ ਮੇਰੇ ਹਾਲ 11:30 ਛੁੱਟੀ ਕੀਤੀ ਹੈ ਕੰਮ ਤੋਂ ਅਤੇ ਆ ਕੇ ਖਾਣਾ ਛਾਣਾ ਖਾ ਕੇ ਅਤੇ ਮੇਰੇ ਹਾਲ ਨਮਾਜ਼ ਇਸ਼ਾ ਦੀ ਪੜ੍ਹ ਕੇ ਟਾਈਮ ਸਾਡਾ ਇੰਜੇ ਹੀ ਹੋ ਗਿਆ ਅਤੇ ਕਿਧਰੇ ਇੱਕ ਦਾ ਅਤੇ ਫਿਰ ਹੀ ਸੁਬਹਾ ਫਿਰ ਉੱਠ ਪਏ ਹਾਂ ਨਮਾਜ਼ ਪੜ੍ਹੀ ਫਜਰ ਦੀ ਅਤੇ ਫਿਰ ਆ ਗਈਆਂ ਮੈਦਾਨ ਵਿੱਚ ਮੈਂ ਕਿਹਾ ਜੰਗ ਹੈ ਇਹ ਦਰਖਤ ਚੈਰੀ ਦੇ ਸਨ ਸਾਰੇ नीचे गिर गए तूफान ही इंज का आया दिते अगली एक वीडियो है
ਉਹ ਕੰਪਲੀਟ ਨਹੀਂ ਹੋਣੀ ਮੇਰਾ ਦਿਲ ਇੱਕ ਘੰਟੇ ਪੂਰੇ ਦੀ ਵੀਡੀਓ ਬਣਾ ਕੇ ਨਹੀਂ ਅਪਲੋਡ ਕਰ ਦਿੱਤੀ ਜਾਏ ਮਿਲ ਦੋ ਸ਼ਹਿਰ ਦੀ ਹੈ ਨੀਚੇ ਜਿੰਨੇ ਇੱਥੇ ਦਰਖਤ ਸਨ ਬੜੇ ਬੜੇ ਕਾਫੀ ਜ਼ਿਆਦਾ ਬੜੇ ਦਰਖਤ ਸਨ ਅਤੇ ਇਹ ਦਰਖਤ ਤੂਫਾਨ ਨੇ ਹੈ ਜਿਹਦਾ ਇਹਨਾਂ ਦਾ ਦਰਖਤਾਂ ਦਾ ਕੰਮ ਖਰਾਬ ਕਰ ਦਿੱਤਾ ਦੇਖ ਲਓ ਇਹ ਵੀ ਡਿੱਗ ਪਏ ਜਿਹੜੇ ਜ਼ਿਆਦਾ ਮਜ਼ਬੂਤ ਸਨ ਉਹ ਲੱਗੇ ਰਹੇ ਜਿਹੜੇ ਨਾਲ ਨਾਲ ਸਾਰੇ ਚੈਰੀ ਦੇ ਦਰਖਤ ਸਨ ਸਾਰੇ ਟੁੱਟ ਗਏ ਚੈਰੀ ਉੱਤੇ ਲੱਗੀ ਹੁੰਦੀ ਸੀ ਬਹੁਤ ਵੱਡੀ ਵੱਡੀ ਦਰਖਤ ਸਾਰੇ ਡਿੱਗ ਗਏ ਇੱਥੋਂ ਉਹਨਾਂ ਨੇ ਗੌਰਮੈਂਟ ਨੇ ਜਗ੍ਹਾ ਜਿਹੜੀ ਇਹ ਸ਼ਹਿਰ ਦੀ ਜਿਹੜੀ ਕਮਿਊਨਾ ਕਮੇਟੀ ਘਰ ਹੈ ਉਹਨੇ ਫਿਰ ਉਠਾ ਕੇ ਲੈ ਗਈ ਸਾਰੇ ਇੰਜ ਦਰਖਤ ਇੰਜ ਲੱਗਦਾ ਕੋਈ ਉਤਾਰ ਕੇ ਲੈ ਗਿਆ ਤੂਫਾਨ ਨੇ ਤਬਾਹੀ ਫੇਰ ਦਿੱਤੀ ਇਹ ਇੱਕ ਹੈ ਨੀਚੇ ਕੀ ਰਿਹਾ ਆ ਦੇ ਆਉਂਦਾ ਪਤਾ ਨਹੀਂ ਕੀ ਕਰਦੇ ਕੀ ਨਹੀਂ ਉਹਦੇ 'ਚ ਨੀਚੇ ਨਹੀਂ ਆਇਆ ਹੀ ਉੱਤੋਂ ਟੁੱਟ ਗਿਆ ਹੈ ਅਤੇ ਨੀਚੇ ਛੋਟਾ ਹੈਗਾ ਇਸ ਤਰ੍ਹਾਂ ਦੇ ਦਰਖਤ ਸਨ ਅਤੇ ਉਹ ਸਾਰੇ ਟੁੱਟ ਕੇ ਤਬਾਹ ਬਰਬਾਦ ਹੋ ਗਏ ਇਹ ਸਿਰਫ ਵਾਕ ਕਰਨ ਵਾਸਤੇ ਏਰੀਆ ਸਿਰਫ ਵਾਕ ਨਾ ਇੱਥੇ ਗੱਡੀ ਆ ਸਕਦੀ ਹੈ ਸਾਈਕਲ ਦੇ ਆ ਸਕਦੀ ਗਾੜੀ ਸ਼ਾੜੀ ਕੋਈ ਨਹੀਂ ਨਾਲ ਹੀ ਆ ਟ੍ਰੇਨ ਦੀ ਪਟਰੀ ਸਾਰੇ ਇੱਥੇ ਤੋੜ ਤੱਕ ਦਰਖਤ ਸਨ ਹੁਣ ਗੌਰਮੈਂਟ ਨੇ ਆ ਕੇ ਜਿਹੜੇ ਕੱਟ ਕੇ ਲੈ ਗਈ ਹੈ ਜਿਹੜੇ ਡਿੱਗ ਪਏ ਸਨ ਅੱਗੋਂ ਸਰਦੀਆਂ ਨੂੰ ਉਹਨਾਂ ਦੀਆਂ ਉਹਨਾਂ ਨੇ ਲੱਕੜੀਆਂ ਦੀ ਕੋਈ ਘਰ ਦੇ ਵਿੱਚ ਉਹ ਜਿਹੜਾ ਅਸੀਂ ਕਹਿੰਦੇ ਹਾਂ ਅੱਗ ਵਗੈਰਾ ਸਰਦੀਆਂ ਨੂੰ ਬਹਾਉਂਦੇ ਹਾਂ ਇਹਨਾਂ ਨੂੰ ਤਾਂ ਬੜਾ ਇਹਨਾਂ ਨੇ ਇਹ ਅੱਗ ਸ਼ੱਗ ਹੀ ਪਹਾ ਕੇ ਉਹ ਲੱਕੜੀਆਂ ਯੂਜ਼ ਕਰਨੀਆਂ ਅਤੇ ਬੜੀਆਂ ਮਹਿੰਗੀਆਂ ਮਿਲਣੀਆਂ ਇਹ ਦਰਖਤ ਜੀ ਇਸ ਤਰ੍ਹਾਂ ਹੀ ਸਾਰੇ ਜ਼ਮੀਨ ਜਦੋਂ ਦੇ ਵਿੱਚੋਂ ਆਪ ਹੀ ਦਰਖਤ ਨਿਕਲਣੇ ਸ਼ੁਰੂ ਹੋ ਗਏ ਅਤੇ ਇਹ ਵੀ ਦੇਖ ਲਓ ਅਤੇ ਇਹ ਦੇਖ ਲਓ ਇੰਝ ਡਿੱਗ ਕੇ ਇਹਨਾਂ ਦਾ ਦਰਖਤਾਂ ਦਾ ਹਾਲ ਸਭ ਸੁਬਾ ਲੱਗਦਾ ਕਿਲਡ ਪੈ ਜਾਣੇ ਇਸ ਹੋਲੀ ਦੌੜੇ ਚੜ੍ਹਦੀਆਂ ਕਿਰਨਾਂ ਨੇ ਕਿੱਥੇ ਸਾਡੀ ਪਾਕਿਸਤਾਨ ਇੱਥੇ ਉਂਝ ਕਹਿਰ ਪੈ ਗਏ ਦਾਦੀ ਤਰਫੋਂ ਅਤੇ ਸਾਡੇ ਪਾਕਿਸਤਾਨ ਉਂਝ ਮੰਗਾਈ ਅਤੇ ਉਹ ਮਾਮ ਫਿਰ ਹੀ ਸੁੱਤੀ ਹੋਈ ਹੈ ਮਾਮ ਨੂੰ ਕਾਹਦੀ ਪਰਵਾਹ ਮਾਮ ਇੰਝ ਚਿੱਲ ਕਰ ਗਈ ਉਹਨੂੰ ਕੋਈ ਪਰਵਾਹ ਹੀ ਨਹੀਂ ਭੁੱਖਾ ਗਰੀਬ ਮਰਦਾ ਮਰੇ ਇੰਜੋਏ ਕਰੇ ਇੰਡੀਆ ਵਾਲਿਆਂ ਨੇ ਐਵੇਂ ਤਾਂ ਨਹੀਂ ਕਿਹਾ ਉਹਨਾਂ ਨੇ ਮਰਦੇ ਮਰਨ ਪਾਕਿਸਤਾਨ ਵਾਲੇ ਸਾਨੂੰ ਕੋ ਨਹੀਂ ਇਹਨਾਂ ਰਵਾਨਾ ਨੇ ਆਪਣੀ ਉਹ ਕੀ ਉਹਨੇ ਕਿਹਾ ਜੀ ਤੈ ਮੋਸੀ ਨੇ ਜਾਂਦੇ ਜਾਵਨ ਜੋ ਮਰਦੀ ਹੈ ਨਾ ਉਹਨਾਂ ਦਾ ਪਤਾ ਲੱਗਦਾ ਕਿਹੜਾ ਮੁਲਕ ਚਲਾਉਣ ਲੱਗੇ ਆ ਸਮਝੋ ਬਾਹਰ ਅਰਬ ਕੰਟਰੀ ਨੇ ਕੱਲ੍ਹ ਦਾ ਐਲਾਨ ਕਰ ਦਿੱਤਾ ਕਹਿੰਦੇ ਇਹਨਾਂ ਦਾ ਪਤਾ ਹੀ ਨਹੀਂ ਕਿਹੜਾ ਮੁਲਕ ਚਲਾਉਣ ਲੱਗਿਆ ਕੌਣ ਚਲਾਉਣ ਲੱਗਿਆ ਅਤੇ ਉਹਨਾਂ ਨੂੰ ਕਿੱਥੇ ਜੀ ਟਵੰਡੀ ਹੈ ਜਸੀ ਲਿਆਈ ਲੋਕ ਇੱਥੇ ਸਬਜ਼ੀ ਵਗੈਰਾ ਉਗਾਉਂਦੇ ਨੇ ਆਪਣੀ ਹਾਂ ਇਸ ਤੋਂ ਅਗਲੇ ਹਰ ਚੀਜ਼ ਲੋਕ ਆਪਣੀ ਉਗਾਉਂਦੇ ਨੇ ਇਹਦੇ ਅੰਦਰ ਨੈਚੁਰਲ ਇੱਥੇ ਚੀਜ਼ਾਂ ਆ ਖਾਦ ਤੋਂ ਬਗੈਰ ਵਾਲੀ ਲੱਕੜੀ ਦੀ ਉਹਨਾਂ ਲਾਈ ਹੈ ਸਾਰੀ ਫੈਂਸ ਜਿਹੜੀ ਹੈ ਇਹ ਲੱਕੜੀ ਦੀ ਸਾਰੀ ਉਹਨਾਂ ਲਾਈ ਹੈ ਇਹ ਵਾਟਰ ਹੈ ਜਿਹੜਾ ਇਹ ਪੂਰੇ ਇਟਲੀ ਦੇ ਵਿੱਚ ਫ੍ਰੀ ਹੈ ਜ਼ਿਮੀਦਾਰਾਂ ਨੂੰ ਪਾਣੀ ਗੌਰਮੈਂਟ ਦੀ ਤਰਫੋਂ ਪੂਰੇ ਇਟਲੀ ਵਿੱਚ ਇਹ ਜਿਹੜੀ ਨਹੀਂ ਝੀਲ ਇਹ ਪਾਣੀ ਸਬਜ਼ੀਆਂ ਨੂੰ ਫ੍ਰੀ ਦਿੱਤਾ ਜਾ ਰਿਹਾ ਝੀਲ ਤੋਂ ਆ ਰਿਹਾ ਇਹ 24 ਘੰਟੇ ਚੱਲਦਾ ਹੀ ਰਹਿੰਦਾ ਜਿਹਨੂੰ ਜ਼ਰੂਰਤ ਲਾਉਣਾ ਪਾਣੀ ਉਹ ਉੱਥੇ ਉਹਨਾਂ ਨੇ ਰੱਖਿਆ ਉਹ ਪੈਪ ਦਾ ਢੱਕਣ ਓਪਨ ਕਰ ਲੈਂਦੇ ਅਤੇ ਉਹ ਪਾਣੀ ਲੱਗਦਾ ਹੀ ਰਹਿੰਦਾ ਇਹ ਪਾਰਕ ਹੈ ਜਿੱਥੋਂ ਅਸੀਂ ਜਾਈਦਾ ਆਈਦਾ
ਲੋਕ ਪਾਰਕ ਚ ਵੀ ਵਾਕ ਕਰਦੇ ਨੇ, ਲੇਕਿਨ ਅਸੀਂ ਜ਼ਿਆਦਾ ਉੱਧਰ ਉਹ ਸਬਜ਼ਾ ਜ਼ਿਆਦਾ ਉੱਧਰ ਹੈ। ਅੱਜ ਪਹਿਲੇ ਦਿਨ ਸਨ ਜ਼ਰਾ ਆਰਾਮ ਆਰਾਮ ਨਾਲ ਵਾਹ ਕੇ ਅੱਗੋਂ ਅਸੀਂ ਰਨਿੰਗ ਹੀ ਕਰਨੀ ਹੈ, ਫਿਰ ਮੋਬਾਈਲ ਸ਼ੈਲ ਘਰ ਹੀ ਹੋਣਾ। ਉਂਝ ਵੈਸੇ ਅੱਜ ਮੈਂ ਗਿਆ ਫਸਟ ਡੇ, ਚਲੋ ਮੋਬਾਈਲ ਲੈ ਆਈਏ ਅਤੇ ਰਨਿੰਗ ਸ਼ਨਿੰਗ ਕੋਈ ਅਸੀਂ ਕਰ ਰਹੇ, ਆਸਤਾ ਆਸਤਾ ਹੀ ਵਾਹ ਕੀ ਪਾਣੀ ਹੈ ਨੀਚੇ ਗੁਜ਼ਰਦਾ ਅੱਜ ਕੱਲ੍ਹ ਲੈ ਆਉਂਦੇ ਤੇ ਬੱਚੇ ਇਹੋ ਜਿਹੇ ਇੱਥੇ ਭਾਵੇਂ ਬੱਚੇ ਆ ਕੇ ਛਲਾਂਗਾ ਮਾਰਾ ਰਬੜ ਦਾ ਉਹਨਾਂ ਨੇ ਇਹਨਾਂ ਸਿਸਟਮ ਕੀਤਾ ਹੈ ਬੱਚੇ ਨੂੰ ਨਾ ਕੋਈ ਸੱਟ ਲੱਗੇ ਦੀ ਅਤੇ ਨਾ ਕੋਈ ਉਮੀਦ। ਹਾਂਜੀ ਇਹ ਪਾਣੀ ਗੌਰਮੈਂਟ ਦੀ ਤਰਫੋਂ ਗੈਸ ਵਾਲਾ ਅਤੇ ਦੂਜਾ ਹੀ ਹੈਗਾ ਨੈਚੁਰਲ ਪਾਣੀ ਫਰੀ ਹੈ ਨੈਚੁਰਲ ਜਿਹਨੂੰ ਨੈਸਲੇ ਦਾ ਅਸੀਂ ਕਹਿੰਦੇ ਹਾਂ ਗੌਰਮੈਂਟ ਨੇ ਜਾਂ ਫਿਲਟਰ ਵਗੈਰਾ ਹੋ ਕੇ ਇਹ ਲੋਕ ਅਸੀਂ ਬੋਤਲਾਂ 'ਤੇ ਪੀਂਦੇ ਹਾਂ ਗੈਰ ਮੁਲਕੀ ਅਤੇ ਇਹ ਲੋਕ ਜਿਹੜੇ ਨੇ ਇੱਥੋਂ ਆ ਕੇ ਪੀਂਦੇ।